केपीडी न्यूज, हक सच और इंसाफ की आवाज। ਪੀਏਪੀ ਦੀ ਮਹਿਲਾ ਕਰਮਚਾਰੀ ਨੇ ਸ਼ਿਵ ਸੈਨਾ ਨੇਤਰੀ ਊਸ਼ਾ ਮਾਹੀ ਤੇ ਧਮਕੀਆਂ ਦੇਣ ਅਤੇ ਬਲੈਕਮੇਲ ਕਰਨ ਦਾ ਦੋਸ਼ ਲਗਾਉਂਦੇ ਹੋਏ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਹੈ। ਪੀੜਿਤ ਰਾਜਕੁਮਾਰੀ ਨੇ ਦੱਸਿਆ ਕਿ ਉਹ ਪੀਏਪੀ ਵਿੱਚ ਬਤੌਰ ਸੀਨੀਅਰ ਅਸਿਸਟੈਂਟ ਕੰਮ ਕਰਦੀ ਹੈ ਅਤੇ ਉਸਨੇ ਇੱਕ ਸਾਲ ਪਹਿਲਾਂ ਸ਼ਿਵ ਸੈਨਾ ਨੇਤਰੀ ਊਸ਼ਾ ਮਾਹੀ ਤੋਂ 2.5 ਲੱਖ ਰੁਪਏ ਉਧਾਰ ਲਏ ਸਨ, ਜੋ ਕਿ ਉਸਨੇ 15% ਵਿਆਜ ਸਣੇ ਵਾਪਸ ਮੋੜ ਦਿੱਤੇ। ਪਰ ਹੁਣ ਊਸ਼ਾ ਮਾਹੀ ਉਸਦੇ ਬਲੈਂਕ ਚੈੱਕ ਵਾਪਸ ਨਹੀਂ ਮੋੜ ਰਹੀ ਅਤੇ ਪੈਸਿਆਂ ਦੀ ਮੰਗ ਕਰ ਰਹੀ ਹੈ। ਰਾਜਕੁਮਾਰੀ ਨੇ ਪੁਲਿਸ ਕਮਿਸ਼ਨਰ ਨੂੰ ਬੇਨਤੀ ਕੀਤੀ ਕਿ ਉਸ ਨੂੰ ਇਨਸਾਫ਼ ਦਿਵਾਇਆ ਜਾਵੇ। ਜਲੰਧਰ ਤੋਂ ਰਵੀ ਗਿੱਲ ਅਤੇ ਸਾਹਿਲ ਮਲਹੋਤਰਾ ਦੀ ਗੱਲ ਕੀ ਹੋਈ ਦੱਸੋ। ਗੱਡੀ ਦੀ ਚਾਬੀ ਨਾਲ ਡੁਪਲੀਕੇਟ ਲਾ ਕੇ ਗੱਡੀ ਲੈ ਗਈ, ਘਰੋਂ ਚੂੜੀਆਂ ਲੈ ਗਈਆਂ ਕੱਢ ਕੇ 4,25,000 ਰੁਪਏ ਮਾਰੀ। 2.5 ਲੱਖ ਇਹ ਕਦੋਂ ਲਿਆ ਸੀਗਾ? ਇਹ ਸਾਲ ਹੋ ਗਿਆ, ਇੱਕ ਸਾਲ ਇੱਕ ਮਹੀਨਾ। ਇੱਕ ਮਹੀਨਾ ਪਹਿਲੇ ਲਿਆ ਸੀ? ਨਹੀਂ, ਸਾਲ ਹੋ ਗਿਆ। ਸਾਲ ਹੋ ਗਿਆ ਪੈਸੇ ਲਏ? ਹਾਂਜੀ। ਵਾਪਸ ਕਿਤਨੇ ਕਿੰਦਰ ਹੋ ਗਏ? ਵਾਪਸ ਕੀਤਿਆਂ 3 ਮਹੀਨੇ ਹੋ ਗਏ। ਚੈੱਕ ਕਦੋਂ ਲੈਣਾ ਸੀ ਤੁਹਾਡੇ ਕੋਲ? ਚੈੱਕ ਮੈਂ ਕਾਫੀ ਵਾਰੀ ਗਈਆਂ ਲੈਣ, ਕੋਈ ਨਹੀਂ ਦਿੰਦੀ ਚੈੱਕ। 5 ਚੈੱਕ ਲਏ ਇਹਨੇ ਬਲੈਂਕ। ਅਤੇ ਹਮ ਗੱਡੀ ਵਾਲੀ ਵਾਰਦਾਤ ਕਦੋਂ ਹੋਈ ਹੈ? ਗੱਡੀ ਵਾਲੀ ਵਾਰਦਾਤ ਰਾਤੀ ਲੈ ਗਏ ਇਹਨੇ, ਮਤਲਬ ਗੱਡੀ ਡੁਪਲੀਕੇਟ ਚਾਬੀ ਲਾ ਕੇ। ਪਿਛਲੇ ਸ਼ੁੱਕਰਵਾਰ ਆਈ ਸੀ, 15 ਬੰਦੇ ਲੈ ਗਏ, ਨਾਲ ਜਨਾਨੀਆਂ ਵੀ ਸੀ। ਗੱਡੀ ਖੜੀ ਕਿੱਥੇ ਤੁਹਾਡੀ? ਗੱਡੀ ਅੰਦਰ ਖੜੀ। ਕੌਣ ਕੌਣ ਸੀ ਨਾਲ, ਪਤਾ ਕੁਛ ਨਾਮ ਕਿਸੇ ਦਾ? ਨਾਲ ਇੱਕ ਜਸਵੀਰ ਕੌਰ ਇਹਦੀ ਕੁੜੀ ਨਾਲ ਹੈ। ਕਿਹਦੀ ਕੁੜੀ ਹੈ? ਨਹੀਂ, ਨਾਲ ਲੜਕੀ ਆਉਂਦੀ ਜਸਵੀਰ ਕੌਰ, ਅਤੇ ਇੱਕ ਲੜਕਾ ਮਿੱਠੂ ਹੈ, ਹੋਰ ਵੀ ਹੈਗੇ ਕਾਫੀ ਬੰਦੇ, ਉਹਨਾਂ ਦੇ ਨਾਂ ਦਾ ਨਹੀਂ ਪਤਾ। ਅਤੇ ਜਿਹੜੀਆਂ ਚੁੜੀਆਂ ਖੜੀਆਂ ਤੁਹਾਡੀਆਂ, ਉਹ ਕਿੰਨੀਆਂ ਕਿੰਨੀਆਂ ਹੋਣਗੀਆਂ? ਚਾਰ ਤੋਲੇ ਜਾਣਾ ਉਹ ਲੈ ਜਾਊਗਾ। ਤੁਸੀਂ ਰਹਿੰਦੇ ਕਿੱਥੇ ਹੋ, ਕੀ ਕਰਦੇ ਹੋ? ਮੌਜੂਦਾ ਹੋ ਕੇ ਪਹਿਲੇ? ਅਤੇ ਤੁਸੀਂ ਕਿਸੇ ਆਪਣੇ ਸੀਨੀਅਰ ਅਧਿਕਾਰੀ ਨਾਲ ਕੋਈ ਸ਼ਿਕਾਇਤ ਕੀਤੀ ਕਿਸੇ ਨੂੰ? ਮੈਂ ਪਿਛਲੇ ਸ਼ੁੱਕਰਵਾਰ ਦੀ ਗੱਲ ਹੈ ਨਾ, ਉਦਣ ਵੀ ਮੈਂ ਡਿਪਰੈਸ਼ਨ ਵਿੱਚ ਹਾਂ। ਤੁਸੀਂ ਰਹਿੰਦੇ ਕਿੱਥੇ ਹੋ? ਟਾਵਰ ਇੰਪਲੇਸ ਇਸ ਵਨ। ਅੱਜ ਤੁਸੀਂ ਕਿਹਨੂੰ ਮਿਲਣ ਆਏ ਹੋ? ਕੀ ਤੁਹਾਡੀ ਮੰਗ ਹੁਣ, ਤੁਸੀਂ ਕੀ ਚਾਹੁੰਦੇ ਹੋ? ਮੈਂ ਚਾਹੁੰਦੀ ਹਾਂ ਕਿ ਮੇਰਾ ਜਿਹੜਾ ਮਤਲਬ ਕਿ ਚੈੱਕ ਵਾਪਸ ਕੀਤੇ ਜਾਣ, ਅਤੇ ਗੱਡੀ ਮੇਰੀ ਵਾਪਸ ਕੀਤੀ ਜਾਵੇ, ਜਿਹੜਾ ਸਮਾਨ ਲੈ ਕੇ ਗਿਆ ਉਹ ਵਾਪਸ ਮਿਲ ਜਾਵੇ। ਟੋਟਲ ਕਿੰਨੇ ਚੈੱਕ ਦਿੱਤੇ ਤੁਸੀਂ? 5 ਚੈੱਕ। ਬਲੈਂਕ ਦਿੱਤੇ? ਹਾਂਜੀ। देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज़ चैनल केपीडी न्यूज़, हक सच और इंसाफ की आवाज़ आपको रखे सबसे आगे।